ਜ਼ਿੰਦਗੀ ਨੂੰ ਪਰ ਹੁੰਗਾਰਾ ਦੋਸਤਾ ਤੱਕ ਜੁਗਾ ਦਾ ਇਸ਼ਾਰਾ ਦੋਸਤਾ ਨਾਚ ਪੈਰਾਂ ਵਿੱਚ ਧੜਕੇ ਅੱਜ ਨਵਾਂ ਅੰਗਾ ਵਿੱਚ ਕੋਈ ਹੁਲਾਰਾ ਦੋਸਤਾ ਦੋ ਕਦਮ ਦੀ ਵਿੱਤ ਤੇ ਮੰਜ਼ਲ ਤੇਰੀ ਤੁਰ ਜ਼ਰਾ ਹੋ ਕੇ ਕਰਾਰਾ ਦੋਸਤਾ ਟਾਰਿਆਂ 'ਚੋਂ ਉਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਮਨਾਰਾ ਦੋਸਤਾ ਧੌਣ ਚੁੱਕ ਕੇ ਵੇਖ ਕਰਦਾ ਸੈਨ ਤਾਂ ਤੇਰੀ ਹੋਣੀ ਦਾ ਸਿਤਾਰਾ ਦੋਸਤਾ ਗगन ਮੱਲੇ ਏਸ ਨੇ ਅੱਜ ਇਸ ਤਰ੍ਹਾਂ ਫਿੱਕਾ ਪਿਆ ਹਰ ਇੱਕ ਤਾਰਾ ਦੋਸਤਾ ਨਗਮਾ ਛਿੜਿਆ ਕਿਹੜਾ ਅੱਜ ਦਿਲ ਸਾਸਤੇ ਗੂੰਜਦਾ ਕਿਹੜਾ ਜਿਕਾਰਾ ਦੋਸਤਾ ਸੀਮਾ ਨਈਓ ਤੇਰੀ ਕੋਈ ਆਖਰੀ ਹੋਣ ਵਾਲਾ ਇਹ ਨਿਤਾਰਾ ਦੋਸਤਾ ਰਚਨਾ ਤੇਰੀ ਤੇਰੀ ਸਾਰੀ ਸਿਰਜਣਾ ਤੇਰਾ ਹੀ सगला पसारा ਦੋਸਤਾ ਕਿਰਤ ਦੀ ਕੁੱਖੋਂ ਹੀ ਸਭ ਕੁਝ ਜੰਮਿਆ ਹੋਰ ਰਚ ਅਜ ਇੱਕ ਨਜ਼ਾਰਾ ਦੋਸਤਾ ਤਾ ਕੇ ਪਾਲੈ ਭਵਿਕ ਨੂੰ ਗਲਵੱਕੜੀ ਚੁੰਮ ਲੈ ਤੂੰ ਮੂੰਹ ਪਿਆਰਾ ਦੋਸਤਾ ਬੱਚਿਓ ਜੋ ਇਹ ਕਵਤਾ ਹੈ ਦੋਸਤਾ ਉਹ ਪਿਆਰਾ ਸਿੰਘ ਸਹਰਾਈ ਜੀ ਦੀ ਲਿਖੀ ਹੋਈ ਹੈ ਪਿਆਰਾ ਸਿੰਘ ਸਹਰਾਈ ਜੀ ਪੰਜਾਬੀ ਰਚਨਾ ਜਗਤ ਦੇ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਹਾਸਲ ਕਰਦੇ ਹਨ ਆਪ ਵਿੱਚ ਬਚਪਨ ਤੋਂ ਹੀ ਕਵਿਤਾ ਲਿਖਣ ਦੀ ਰੁਚੀ ਬਹੁਤ ਪ੍ਰਲਬਿਤ ਸੀ ਆਪ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਛਾਪਿਆਂ ਵਾਲੀ ਵਿਖੇ 16 ਸਤੰਬਰ 1915 ਵਿੱਚ ਹੋਇਆ ਅਤੇ ਆਪ ਦਾ ਦੇਹਾਂਤ 28 ਜਨਵਰੀ 1998 ਵਿੱਚ ਹੋਇਆ ਆਪ ਜੀ ਦੀ ਮਾਤਾ ਮਹਿੰਦਰ ਕੌਰ ਅਤੇ ਪਿਤਾ ਸਰਦਾਰ ਕੇਹਰ ਸਿੰਘ ਜੀ ਸਨ ਆਪ ਜੀ ਦੀ ਸਾਹਿਤਿਕ ਰੁਚੀ ਇੰਨੀ ਜ਼ਿਆਦਾ ਸੀ ਕਿ ਆਪ ਨੇ ਗ੍ਰੈਸਤ ਜੀਵਨ ਵਿੱਚ ਪਰਵੇਸ਼ ਹੀ ਨਾ ਕੀਤਾ ਕਾਲਜ ਪੱਧਰ ਦੀ ਵਿੱਦਿਆ ਬੀਤ ਤੋਂ ਬਾਅਦ ਆਪ ਨੇ ਐਕਟੀਵਿਟੀ ਸਕੂਲ ਪ੍ਰੀਤਨਗਰ ਵਿੱਚ ਅਧਿਆਪਨ ਕਿਤੇ ਨੂੰ ਅਪਣਾਇਆ ਪਰ ਆਪ ਦੀ ਸਾਹਿਤਿਕ ਰੁਚੀ ਨੇ ਆਪ ਦੇ ਕਿੱਤੇ ਵਿੱਚ ਛੇਤੀ ਹੀ ਬਦਲਾ ਲੈ ਆਂਦਾ ਇੱਕ ਸਤੰਤਰ ਲੇਖਕ ਦੇ ਤੌਰ ਤੇ ਪੱਤਰਕਾਰੀ ਵਿੱਚ ਸੋਵੀਅਤ ਦੇਸ਼ ਰਸਾਲੇ ਵਿੱਚ ਸਹਿ ਸੰਪਾਦਕ ਦੇ ਤੌਰ ਤੇ ਕਾਰਜ ਆਰੰਭ ਕੀਤਾ ਆਪ ਜੀ ਵਿੱਚ ਦੇਸ਼ ਪਿਆਰ ਸਤਿਭਾਵਨਾ ਅਤੇ ਚੜ੍ਹਦੀ ਕਲਾ ਦੀ ਸੋਚ ਨੇ ਆਪ ਜੀ ਨੂੰ ਪੰਜਾਬੀ ਦੇ ਸਿਰਮੌਰ ਲੇਖਕਾਂ ਵਿੱਚ ਖੜ੍ਹਾ ਕੀਤਾ ਆਪ ਜੀ ਦੇ ਕਾਵ ਰਚਨਾ ਸੰਗ੍ਰਹਿ ਸਹਰਾਈ ਪੰਛੀ ਤਾਰਿਆਂ ਦੇ ਲੋਹ ਧਰਤੀ ਦੇ ਗੀਤ ਮੇਰੀ ਕਵਿਤਾ ਦਾ ਸਫਰ ਅਤੇ ਵਣ ਤ੍ਰਿਣ ਆਦ ਪ੍ਰਸਿੱਧ ਹਨ ਮੇਰਾ ਸਾਹਿਤਿਕ ਸਵੈ ਜੀਵਨੀ ਆਤਮ ਕਥਾ ਅਤੇ ਚੋਣਵੀ ਕਵਤਾ ਵਾਰਤਕ ਰੂਪ ਰਚਨਾਵਾਂ ਹਨ ਆਪ ਨੇ ਸੋਵੀਅਤ ਲੈਂਡ ਨਹਿਰੂ ਅਵਾਰਡ 바ਵਾ ਬਲਵੰਤ ਅਵਾਰਡ ਅਤੇ ਕਈ ਤਰ੍ਹਾਂ ਦੇ ਹੋਰ ਸਨਮਾਨ ਵੀ ਪ੍ਰਾਪਤ ਕੀਤੇ ਜੋ ਕਵਤਾ ਹੈ ਦੋਸਤਾ ਇਸ ਵਿੱਚ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਹੋਇਆ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਉਸਾਰੇ ਮੁੱਲ ਵਿਧਾਨ ਨੂੰ ਧਾਰਨ ਕਰਨਾ ਚਾਹੀਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਦਾ ਹਿੰਮਤ, ਲਗਨ, ਮਿਹਨਤ ਅਤੇ ਕਿਰਤ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਖੇੜੇ ਪਰੇ। ਤੇ ਇਹ ਕਵਿਤਾ ਹਮੇਸ਼ਾ ਇਨਸਾਨ ਨੂੰ ਜ਼ਿੰਦਾਦਿਲ ਬਣਾਉਣ ਦੀ ਸੇਧ ਦਿੰਦੀ ਹੈ। ਧੰਨਵਾਦ।